ਸਸਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਸੀ ਟੀਵੀ ਮੈਂ ਸੁਖਦੀਪ ਕਾਰ ਸੰਤੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਨਵੇਂ ਸਾਲ ਦੀ ਆਮਦ ਤੇ ਲੱਖਾਂ ਸ਼ਰਧਾਲੂ ਹੋਏ ਹਰਮੰਦਰ ਸਾਹਿਬ ਨਕਮਤ ਤੱਕ ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ਦਾ ਹੋਵੇਗਾ ਵਿਰੋਧ ਕਿਸਾਨ ਜਥੇਬੰਦੀਆਂ ਨੇ ਕੀਤਾ ਐਲਾਨ ਕਿਸਾਨਾਂ ਦੀ ਸਿਆਸੀ ਪਾਰਟੀ ਦੇ ਹੱਕ ਦੇ ਵਿੱਚ ਆਏ ਡਾਕਟਰ ਸਵੈਮਾਨ ਸਿੰਘ ਪੰਜਾਬ ਦੇ ਲੋਕਾਂ ਨੂੰ ਕੀਤੀ ਖਾਸ ਅਪੀਲ ਕੈਪਟਨ ਦੇ ਗਾਰਡ ਦੇ ਵਿੱਚ ਆਪ ਨੇ ਕੱਢਿਆ ਸ਼ਾਂਤੀ ਮਾਰਚ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਵਿੱਡੀ ਚੋਣ ਮੁਹਿਮ ਨਵਜੋਤ ਸਿੰਘ ਨੂੰ ਵੀ ਦਿੱਤਾ ਜਵਾਬ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਲਾンス ਨਾਇਕ ਜਸਬੀਰ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਲੜਾਕੇ ਦੀ ਠੰਡ ਦੇ ਬਾਵਜੂਦ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਦੀ ਆਸਥਾ ਘਟ ਨਹੀਂ ਹੈ ਨਵੇਂ ਸਾਲ ਦੇ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਕਮਸਤਕੂਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚ ਨੇ 9 ਸਾਲ ਦੇ ਮੌਕੇ ਸ਼ਰਧਾਲੂਆਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਜਿਸ ਤੋਂ ਉਪਰੰਤ ਸ਼ਰਧਾਲੂਆਂ ਦੇ ਵੱਲੋਂ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਗਿਆ ਸ਼ਰਧਾਲੂਆਂ ਦੇ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ ਅਰਦਾਸ ਕੀਤੀ ਗਈ ਹੈ ਸਾਲ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਤਮਿਕ ਬਲ ਪ੍ਰਾਪਤ ਕੀਤਾ ਹੈ ਅਤੇ ਆਤਮਿਕ ਸ਼ਾਂਤੀ ਦੇ ਵਾਸਤੇ ਅਰਦਾਸ ਕੀਤੀ ਹੈ ਇਸ ਦੌਰਾਨ ਨਵਟਿਗਿੰਤੀ ਦੇ ਵਿੱਚ ਔਰਤਾਂ ਬੱਚੇ ਅਤੇ ਬਜ਼ੁਰਗ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਸ਼੍ਰਮnikultura ਪ੍ਰਬੰਧਕ ਕਮੇਟੀ ਨੇ ਵੀ ਮੱਥਾ ਟੇਕਣ ਦੇ ਲਈ ਸਾਲ ਦੇ ਪਹਿਲੇ ਦਿਨ ਆਇਸ਼ਰਦਾਲ ਮੋਦ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹੋਏ ਸਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ ਅਸੀਂ ਪਹਿਲਾਂ ਤਾਂ ਸਭ ਤੋਂ ਪੱਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲਾਵਾਂਗੇ ਜੀ ਗੁਰੂ ਰਾਮਦਾਸ ਦੇ ਘਰ ਆਏ ਆਂ ਜੀ ਸ਼ੁਕਰਾਨਾ ਕਰਨ ਵਾਸਤੇ ਆਏ ਆਂ 2021 ਜੋ ਵੀ ਦੁੱਖਾ ਦਿਲਦਰਾ ਦਾ ਜਾ ਰਿਹਾ ਦੀ ਮਹਾਰਾਜ ਨਵਾਂ ਸਾਲ ਹਰ ਇੱਕ ਤੇ ਖੁਸ਼ੀਆਂ ਭਰਿਆ ਚੜੇ ਗੁਰੂ ਰਾਮਦਾਸ ਦੇ ਘਰ ਦੇ ਚੰਨਾ ਦੇ ਵਿੱਚ ਅਸੀਂ ਬੇਨਤੀ ਕਰਦੇ ਆਂ ਅਰਦਾਸ ਬੇਨਤੀ ਕਰਦੇ ਆ ਡਿਠੇ ਸਵੇ ਥਾਉ ਨਹੀਂ ਤੁਦ ਜਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਤੁਹਾਾਰੇ ਦੇ ਘਰ ਆਏ ਆ ਸ਼ੁਕਰਾਨਾ ਕੀਤਾ ਮੰਨਣੋਂ ਬਹੁਤ ਹੀ ਸ਼ਾਂਤੀ ਮਿਲੀ ਏ ਚੜਦਾ ਸਾਲ ਹਰ ਇੱਕ ਬੱਚੇ ਤੇ ਹਰ ਇੱਕ ਬਜ਼ੁਰਗ ਤੇ ਹਰ ਇੱਕ ਮਾਤਾ ਤੇ ਹਰ ਇੱਕ ਤੇ ਭੈਣ ਦੇ ਖੁਸ਼ੀਆਂ ਭਰਿਆ ਚੜੇ ਸੋ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਚੜ੍ਹਦਾ ਸਾਲ ਆਓ ਗੁਰੂ ਘਰ ਆ ਕੇ ਸ਼ੁਕਰਾਨਾ ਕਰੋ ਤੇ ਗੁਰੂ ਘਰ ਦੀ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਬਰਨਾਲਾ ਵਿਖੇ ਸੰਜੁਕਤ ਕਿਸਾਨ ਮੋਰਚੇ ਦੀਆਂ 8 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਹੰਗਾਮੀ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਕਿਸਾਨ ਆਗੂਆਂ ਪਵਿੱਤਰ ਸਿੰਘ, ਸੁੱਚਾ ਸਿੰਘ, ਗੁਰਬਖਸ਼ ਸਿੰਘ, ਹਰਪਾਲ ਸਿੰਘ ਸੰਗਾ, ਬਲਜੀਤ ਸਿੰਘ, ਸੁਖਦੇਵ ਸਿੰਘ ਫੂਲ, ਕਾਕਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ 5 ਜਨਵਰੀ ਦੇ ਪੰਜਾਬ ਦੌਰੇ ਦਾ ਵਿਰੋਧ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਫੇਰੀ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ 2 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਮੋਦੀ ਦਾ ਪੁਤਲਾ ਫੁੱਕੇ ਜਾਣਗੇ ਅਤੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੁੱਕੇ 2 ਘੰਟਿਆਂ ਦੀ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ 9 ਦਸੰਬਰ ਨੂੰ ਜਦੋਂ ਕਿਸਾਨਾਂ ਦੇ ਵੱਲੋਂ ਆਪਣਾ ਸੰਘਰਸ਼ ਸਮਾਪਤ ਕੀਤਾ ਗਿਆ ਸੀ ਤਾਂ ਕਿਸਾਨਾਂ ਦੀਆਂ ਪੈਂਡਿੰਗ ਮੰਗਾਂ ਜਿਵੇਂ ਕਿ ਐਮਐਸਪੀ ਦੇ ਲਈ ਕਮੇਟੀ ਦਾ ਗਠਨ ਕਰਨਾ, ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣਾ, ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣਾ, ਲਕੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਆਦ ਮੰਗ ਬੰਨਿਆ ਗਈਆਂ ਸਨ ਪਰ 20 ਦਿਨ ਤੋਂ ਜ਼ਿਆਦਾ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਗਏ ਇਨ੍ਹਾਂ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕੀਤਾ ਜਾਏਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਤੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਅਪੀਲ ਕਰਨਗੇ ਕਿ ਨਰਿੰਦਰ ਮੋਦੀ ਨੇ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਆਗਮਨ ਪੁਰਬ ਦੇ ਉੱਤੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਸੀ ਤੇ ਬਾਕੀ ਜੜੀਆਂ ਮੰਗਾਂ ਸੀ ਉਹਨਾਂ ਨੂੰ ਵੀ ਮੰਨਣ ਦੀ ਸਹਿਮਤੀ ਜਿਹੜੀ ਆ ਉਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਕੀਤੀ ਸੀ ਤੇ ਉਹਦਾ ਮੈਸੇਜ ਇਹ ਦੇਣਾ ਚਾਹੁੰਦਾ ਹੈ ਕਿ ਜਿਹੜਾ ਪੰਜਾਬ ਆ ਉਹ ਮੇਰੇ ਨਾਲ ਹੈ ਤੇ ਪੰਜਾਬ ਤੋਂ ਇਹ ਅੰਦolan ਸ਼ੁਰੂ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੂੰ ਹੀ ਇੱਕ ਗੁੰਮਰਾਹ ਕਰਕੇ ਬਲੈਕਮੇਲ ਕਰਕੇ ਤੇ ਉਹ ਚਾਹੁੰਦਾ ਹੈ ਕਿ ਜਿਹੜਾ ਇਹ ਤੋਂ ਅੰਦolan ਸ਼ੁਰੂ ਹੋਇਆ ਸੀ ਤੇ ਇਥੋਂ ਹੀ ਟੱਪ ਹੋ ਗਿਆ ਇਸ ਕਰਕੇ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਤੋਂ ਜੋ ਅੰਦਾਲਨ ਸ਼ੁਰੂ ਹੋਇਆ ਸੀ ਇਹਦਾ ਜਿਹੜਾ ਵਿਰੋਧ ਆ ਜਿਸ ਤਰ੍ਹਾਂ ਇਹ ਇਹ ਸਮਝੌਤਾ ਕਰਕੇ ਜੋ ਧੋਖਾ ਕਰ ਰਿਹਾ ਇਹਦੇ ਵਿੱਚ ਇਹਦਾ ਵਿਰੋਧ ਜਿਹੜਾ ਜਾਰੀ ਰਹੇਗਾ ਤੇ ਜਿਸ ਤਰ੍ਹਾਂ ਦੀ ਇਹ ਪਾਲਿਸੀ ਕਰਕੇ ਵੀ ਬਾਕੀ ਪਾਰਟੀਆਂ ਦੇ ਵਿੱਚੋਂ ਬੰਦੇ ਜਿਸ ਤਰ੍ਹਾਂ ਜਾਂਦੇ ਜਾ ਰਹੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਆ ਜਾਂ ਧੀਰਸਾ ਸਾਹਿਬ ਜਿਹੜੇ ਇਹ ਗਏ ਨੇ ਵੀ ਇਹਨਾਂ ਨੂੰ ਲਿਆ ਕੇ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਬਲੈਕਮੇਲ ਕਰਕੇ ਤੇ ਪੰਜਾਬ ਦੀ ਇਹ ਜਿਹੜੀ ਸੱਤਾ ਜਿਹੜੀ ਆ ਇਹ ਆਪਣੀ ਪਾਰਟਿੰਗ ਨੂੰ ਧੋਏਗਾ ਤੇ ਇਹਦਾ ਭਲੇਖਾ ਕੱਢਣ ਵਾਸਤੇ ਹੀ ਅਸੀਂ ਜਿਹੜਾ ਇਹ ਵਿਰੋਧ ਕਰਦੇ ਅੱਛਾ ਜਿਹੜਾ ਆ ਜਿਹੜਾ ਆਪਣਾ ਜਿਹੜਾ ਅਸੀਂ 2-3 ਦਾ ਤੇ 5-3 ਦਾ ਜਿਹੜਾ ਪ੍ਰੋਗਰਾਮ ਕੀਤਾ ਹੈ ਇਹ ਇਸੇ ਕਰਕੇ ਕੀਤਾ ਤੇ ਅਗੇ ਇਸ ਤੋਂ ਵੱਧ ਵੀ ਸਕਦਾ ਜੇ ਮੰਗਾ ਪਰਵਾਨ ਨਹੀਂ ਹੁੰਦੀਆਂ ਤੇ ਇਸ ਤੋਂ ਵੱਧ ਵੀ ਸਕਦਾ ਇਹ ਪੰਜਾਬ ਸਰਕਾਰ ਜੇ ਨਹੀਂ ਕਰੇਗੀ ਤੇ ਉਹਦੇ ਖਿਲਾਫ ਹੀ ਲੱਗੇਗਾ ਸਾਰਾ ਕੁਝ ਹੀ ਹੋਏਗਾ ਸਾਰੇ ਸਮਾਜਿਕ ਖਿਲਾਫੀ ਜਿਨ੍ਹਾਂ ਨੇ ਵਾਅਦੇ ਕਰਕੇ ਜਿਹੜੇ ਨਹੀਂ ਨਿਭਾਉਣਗੇ ਤੇ ਉਹਨਾਂ ਦੇ ਖਿਲਾਫ ਤੇ ਹੋਣਗੇ ਹੀ ਉਹਨਾਂ ਕੇ ਸਾਰਾ ਕੁਝ ਹੀ ਹੋਏਗਾ ਜੰਗ ਕਰਕੇ ਉਹਨੇ ਕਿਹਾ ਸੀਗੇ ਸਾਰਿਆਂ ਨੂੰ ਉਹਨੇ ਡੀਜੀਪੀ ਨੂੰ ਬੁਲਾ ਕੇ ਸਾਡੇ ਸਾਹਮਣੇ ਤੇ ਕਹਿੰਦਾ ਸੀ ਵੀ ਜਿਹੜਾ ਹੈ ਇਹ 31 ਤਰੀਕ ਤੱਕ ਕਰ ਦੋ ਉਹਨੋਂ ਕਤੀਤੀ ਤੱਕ ਉਹਨਾਂ ਕਿਹਾ ਤੇ ਦੂਸਰੀਆਂ ਦੇ ਅਜੇ ਸਰਕਾਰਾਂ ਨੇ ਜਿਸ ਤਰ੍ਹਾਂ ਹਰਿਆਣਾ ਦਾ ਦਿੱਲੀ ਹੈ ਦਾ ਯੂਪੀ ਹੈ ਉੱਥੇ ਤੇ ਕੁਝ ਨਹੀਂ ਹੋਇਆ ਉੱਥੇ ਤੋਂ ਉਹਨਾਂ ਨੇ ਇੱਕ ਰਿਪੋਰਟ ਮੰਗੀ ਆ ਕੇਂਦਰ ਸਰਕਾਰ ਨੇ ਰਿਪੋਰਟ ਮੰਗੀ ਆ ਵੀ ਇਹਨਾਂ ਦੀਆਂ ਰਿਪੋਰਟਾਂ ਦਿੱਤੀਆਂ ਜਨਤਲੋਂ ਰਿਪੋਰਟਾਂ ਮੰਗੀਆਂ ਨੇ ਵੀ ਕਿਹੜੇ ਕੇਸ ਨੇ ਉਹਨਾਂ ਨੇ ਉਹਨਾਂ ਨੂੰ ਰੱਦ ਕਰਨ ਵਾਸਤੇ ਨਹੀਂਗਾ ਜੱਕਿਆ ਹੈਗਾ ਪ੍ਰਬੰਧ ਨਹੀਂ ਹੁੰਦੀਆਂ ਤੇ ਜਿਹੜਾ ਮੋਰਚਾ ਜਿਹੜਾ ਅਸੀਂ ਸਸਪੈਂਡ ਕੀਤਾ ਨਾ ਕਿ ਅਸੀਂ ਖਤਮ ਕਿਸਾਨਾਂ ਦੇ ਵੱਲੋਂ ਬਣਾਈ ਗਈ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਹੱਕ ਵਿੱਚ ਆਏ ਡਾਕਟਰ ਸੁਮੇਰ ਮਾਨ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ ਡਾਕਟਰ ਸੁਮੇਰ ਮਾਨ ਨੇ ਕਿਹਾ ਹੈ ਕਿ 70 ਸਾਲਾਂ ਦੇ ਵਿੱਚ ਪਹਿਲੀ ਵਾਰ ਅਜਿਹੀ ਪਾਰਟੀ ਹੋਣ ਦੇ ਵਿੱਚ ਆਈ ਹੈ ਜਿਸ ਦੇ ਆਗੂਆਂ ਨੇ ਆਪਣਾ ਸਭ ਕੁਝ ਕਿਸਾਨਾਂ ਦੇ ਲਈ ਵਾਰ ਕੇ ਵੱਡਾ ਸੰਘਰਸ਼ ਜਿੱਤਿਆ ਹੈ ਕਿਸਾਨ ਆਗੂਆਂ ਨੇ ਆਪਣੀ ਨਿੱਜੀ ਕੰਮਕਾਜ ਛੱਡ ਕੇ ਪੰਜਾਬ ਦੀ ਭਲਾਈ ਦੇ ਲਈ ਇੱਕ ਜੁਟਤਾ ਵਿਖਾਈ ਹੈ ਅਤੇ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਾਕਟਰ ਸੁਮੇਰ ਮਾਨ ਨੇ ਕਿਹਾ ਹੈ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਕਿਸਾਨ ਆਪਣੀ ਪਾਰਟੀ ਬਣਾ ਕੇ ਚੋਣਾਂ ਨਾ ਲੜਨ ਹੁਣ ਕਿਸਾਨ ਮੋਰਚੇ ਜਿੱਤ ਕੇ ਅਗਾਂਵਧੇ ਹਨ ਅਤੇ ਸਿਆਸਤ ਦੇ ਵਿੱਚ ਆਏ ਹਨ ਤਾਂ ਜੋ ਪੰਜਾਬ ਦਾ ਭਵਿੱਖ ਸੁਨਹਿਰਾ ਹੋ ਸਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਪਾਰਟੀ ਦਾ ਵਾਅਦਾ ਤੋਂ ਵਾਅਦਾ ਸਾਥ ਦੇਣ ਤਾਂ ਜੋ 2022 ਦੇ ਵਿੱਚ ਪੰਜਾਬ ਨੂੰ ਜਿੱਤਾਇਆ ਜਾ ਸਕੇ ਅਤੇ 2024 ਦੇ ਵਿੱਚ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਈ ਜਾ ਸਕੇ ਨਸ਼ਿਆਂ ਖਿਲਾਫ ਬੋਲਦੇ ਹਨ ਸਵੇਮਾਨ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸਰਕਾਰਾਂ ਚਲਾ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪਾਰਟੀ ਦਾ ਫਰਜ਼ ਹੈ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਧਰਮ ਦੇ ਨਾਂ ਤੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਰਹੀਆਂ ਨੇ ਅਤੇ ਬੇਅਦਬੀਆਂ ਕਰਵਾ ਰਹੀਆਂ ਨੇ ਇਹਨਾਂ ਸਭ ਭ੍ਰਿਸ਼ਟਾਚਾਰਾਂ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ ਨਿਸ਼ਚਿਤ ਲੋਕ ਤੁਹਾਡੀ ਸਰਕਾਰ ਤੋਂ ਮੈਂ ਤੁਸੀਂ ਖੁਸ਼ ਹੋ ਤੁਹਾਡੇ ਬੱਚੇ ਇਸ ਦੇਸ਼ ਨੂੰ ਛੱਡ ਕੇ ਬਾਹਰ ਦੇਸ਼ਾਂ ਚਾਹੇ ਤੁਸੀਂ ਖੁਸ਼ ਹੋ ਦੇਸ਼ ਵਿੱਚ ਦੇਮ ਨਹੀਂ ਹੋ ਰਹੀਆ ਤੁਸੀਂ ਖੁਸ਼ ਹੋ ਉੱਤੋਂ ਅਨੁਦੋਪ ਗਿੜੇ ਪੌਣੇ ਚਾਹੀਦੇ ਆ 70 ਸਾਲਾਂ ਬਾਅਦ ਪਹਿਲੀ ਵਾਰੀ ਐਸੇ ਲੋਕ ਮਜ਼ਾਦ ਦੇ ਵਿੱਚ ਆਇਆ ਜਿਹੜੇ ਆਪਣਾ ਸਭ ਕੁਝ ਧਿਆਕ ਕੇ ਤੁਹਾਡੇ ਲਈ ਆ ਗਏ ਆ ਸਭ ਕੁਝ ਛੱਡ ਕੇ ਚੰਗੀਆਂ ਨੌਕਰੀਆਂ, ਕਿਰੂਣਾ ਦੀਆਂ ਨੌਕਰੀਆਂ, ਕਾਰੋਬਾਰ ਛੱਡ ਕੇ ਤੁਹਾਡੇ ਕੋਲ ਆ ਗਏ ਆ ਹੁਣ ਬਿਰੂ ਵੇਖਦਾ ਦਸੂ ਕਿ ਤੁਸੀਂ ਲੈਣੀ ਨਹੀਂ ਹੋ ਕਦੋਂ ਪ੍ਰੋਟਰ ਮਾਰਨਾ, ਕਦੋਂ ਰੈਲੀਆਂ ਇਸ ਜੁਗ ਦੀ ਲੜਾਈ ਸ਼ੁਰੂ ਹੁਆ ਕਿਆ ਦਿੱਲੀ ਦਾ ਦਸਤਾ ਯੂਨੀਸ਼ ਹੋ ਲਈ ਪੰਜਾਬ ਤੋਂ ਜਾਊਗਾ 2025 ਚ ਪੰਜਾਬ ਨੂੰ ਦਿੱਤਾਗੇ ਆਮ ਆਦਮੀ ਪਾਰਟੀ ਦੇ ਕੌਮੀ ਕੰਵੈਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਟਿਆਲਾ ਵਿਖੇ ਸ਼ਾਂਤੀ ਮਾਰਚ ਦੇ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਤੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੋਣਾ ਆਉਣ ਵਾਲੀਆਂ ਨੇ ਅਤੇ ਇਸ ਦੌਰਾਨ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਬੇਅਦਬੀ ਦੇ ਮਾਸਟਰਮਾਈਂਡ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਘਟਨਾ ਦਾ ਮਾਸਟਰਮਾਈਂਡ ਅਜੇ ਤੱਕ ਫੜਿਆ ਨਹੀਂ ਗਿਆ। ਕੇਜਰੀਵਾਲ ਨੇ ਕਿਹਾ ਕਿ ਜੇ ਇਹਨਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੇ ਭਰੋਸੇ ਪੰਜਾਬ ਬਛੜ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਬਰਬਾਦ ਕਰ ਦੇਣਗੀਆਂ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਸਭ ਨੂੰ ਇਕੱਠੇ ਹੋਣਾ ਪਵੇਗਾ। ਕੇਜਵਲ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਅੱਜ ਇੱਥੇ ਹਜ਼ਾਰਾਂ ਲੋਕ ਤਿਰੰਗਾ ਲੈ ਕੇ ਖੜੇ ਨੇ। ਉਹਨਾਂ ਨੇ ਕਿਹਾ ਹੈ ਕਿ ਇਹ ਲੋਕ ਪੰਜਾਬ ਦੇ ਦੁਸ਼ਮਣਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਉਹ ਪੰਜਾਬ ਦਾ ਭਾਈਚਾਰਾ ਸ਼ਾਂਤੀ ਅਤੇ ਮਾਹੌਲ ਖਰਾਬ ਨਹੀਂ ਹੋਣ ਦੇਣਗੇ। ਉਹਨਾਂ ਨੇ ਕਿਹਾ ਹੈ ਕਿ ਅਸੀਂ ਹੁਣ ਪੰਜਾਬ ਦੀ ਸੱਤਾ ਪੰਜਾਬ ਦੇ ਲੋਕਾਂ ਨੂੰ ਦੇਣੀ ਹੈ। ਉਹਨਾਂ ਨੇ ਕਿਹਾ ਹੈ ਕਿ ਰੋਜ਼ ਦਾ ਫੈਸਲਾ ਲਈ ਕਿ ਪੰਜਾਬ ਸਰਕਾਰ ਉਸ ਦੇ ਹਿਸਾਬ ਦੇ ਨਾਲ ਹੀ ਚੱਲਿਆ ਕਰੇਗੀ। ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਵਿੰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਇਸ ਤੋਂ ਜ਼ਿਆਦਾ ਕਮਜ਼ੋਰ ਸਰਕਾਰ ਪੰਜਾਬ ਦੇ ਵਿੱਚ ਕਦੀ ਨਹੀਂ ਆਈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਅਤੇ ਕਿਸੇ ਨੂੰ ਪੰਜਾਬ ਦੀ ਪਰਵਾਹ ਨਹੀਂ ਹੈ। ਸਭ ਕੁਰਸੀ ਦੇ ਲਈ ਲੜ ਰਹੇ ਨੇ ਅਤੇ ਸੀਐਮ ਦੀ ਲੜਾਈ ਚੱਲ ਰਹੀ ਹੈ। ਚੋਣ ਆਉਣੇ ਵਾਲੇ ਹਨ। ਅਤੇ ਹਰ ਬਾਰ ਚੋਣਾਂ ਵਿੱਚ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। जैसे श्री दरबार साहब जी में बेअदबी करने की कोशिश की गई उसके बाद लुधियाना में बॉम्ब ब्लास्ट हुआ लेकिन पंजाब के लोग जो हैं वो अमन शांति चाहते हैं वो किसी भी हालत में माहौल ख़राब नहीं होना चाहते वो भाईचारा चाहते हैं प्यार मोहब्बत चाहते हैं सभी धर्मों के बीच में सभी जातियों के बीच में तो आज शांति मार्च है जिसमें सभी धर्मों के लोग भाग लेंगे और पंजाब के तीन करोड़ पंजाबी मिल उन ताकतों को ये संदेश देंगे कि हम तुम्हारे मंसूबे खर सफल नहीं होने देंगे हम सब एक हैं और किसी भी हालत में पंजाब का माहौल ख़राब नहीं होने देंगे उसके पहले शांति मार्च शुरू होने के पहले हम गुरुद्वारा साहब जी में मत्था टेक के आए अब हमने महात्मा गांधी के यहाँ पे अपना श्रद्धांजलि अर्पित की अब हम काली मंदिर जा रहे हैं और उसके बाद शांति देखो जी हमारा कसूर क्या है हमें 24 घंटे ये लोग सुबह शाम गाली देते रहते हैं पर वो गाली देते रहें हमें उससे फ़र्क नहीं पड़ता हम तो पंजाब की तरक्की चाहते हैं हम पंजाब में हम क्या कह रहे हैं हम यही तो कह रहे हैं कि पंजाब में हमारी सरकार बनेगी हम दिल्ली की तरह स्कूल बनाएंगे अस्पताल बनाएंगे बिजली ठीक करेंगे पानी ठीक करेंगे हम गलत क्या कह रहे हैं तो उनको अगर इस बात से तकलीफ़ है नाराज़गी है तो हम क्या कर सकते हैं ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਲਗਾਤਾਰ ਜਾਰੀ ਹੈ। ਅੱਜ ਵੀ ਉਹਨਾਂ ਨੇ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਹੈ। ਇਹਨਾਂ ਪਿੰਡਾਂ ਦੇ ਦੌਰੇ ਦੌਰਾਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਹੁਣ ਸੁਰੱਖਿਅਤ ਨਹੀਂ ਹੈ ਆਏ ਦਿਨ ਇੱਥੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹ ਬਹੁਤ ਹੀ ਚਿੰਤਾਜਨਕ ਨੇ ਕਾਂਗਰਸ ਦੀ ਆਪਸੀ ਟੜੇਬੰਦੀ ਤੇ ਚੁਟਕੀ ਲਾਂਦੇ ਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਟੀਮ ਕਦੇ ਵੀ ਜਤ ਨਹੀਂ ਸਕਦੀ ਜੋ ਇੱਕਜੁੱਟ ਹੋ ਕੇ ਇੱਕ ਟੀਮ ਦੇ ਵਜੋਂ ਕੰਮ ਨਾ ਕਰੇ। ਇਹੀ ਹਾਲ ਕਾਂਗਰਸ ਦਾ ਹੈ ਅਤੇ ਕਾਂਗਰਸੀ ਆਪਸ ਦੇ ਵਿੱਚ ਜੁੜ ਕੇ ਹੀ ਨਹੀਂ ਬੈਠਦੇ ਤਾਂ ਲੋਕਾਂ ਦੀ ਭਲਾਈ ਕਿੱਥੋਂ ਕਰਨਗੇ? ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਕੋਲ ਸਿਰਫ ਇੱਕੋ ਕੰਮ ਹੈ ਉਹ ਸ਼੍ਰੋਮਣਿਆ ਕਾਰੀ ਦਲ ਨੂੰ ਨਿੰਦ ਹੀ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਮਜੀਠੀਆ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੇ ਮੁਕਾਬਲੇ ਚੋਣ ਲੜਨ ਦੇ ਕੀਤੇ ਗਏ ਚੈਲੰਜ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਇਸ ਸੰਬੰਧੀ ਮੁਆਫੀ ਮੰਗਦੇ ਨੇ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਚਾਲਨ ਦੇ ਵਿੱਚ ਨਾ ਕਦੇ ਪੈਨੇ ਅਤੇ ਨਾ ਹੀ ਉਹਨਾਂ ਨੂੰ ਅਜਿਹੇ ਕਿਸੇ ਚੈਲੰਜ ਦੀ ਲੋੜ ਹੈ ਦੇਖੋ ਇਹ ਸਰਕਾਰ ਵਿੱਚ ਹਰ ਗਲਤ ਕੰਮ ਹੋ ਸਕਦਾ ਜਿੱਥੇ ਹਰਮੰਦਰ ਸਾਹਿਬ ਤੇ ਹਮਲੇ ਹੋ ਸਕਦੇ ਹੈ ਜਿੱਥੇ ਬੰਬ ਚੱਲ ਸਕਦੇ ਹੈ ਉੱਥੇ ਇਹ ਜਿਹੀਆਂ ਗੱਲਾਂ ਵੀ ਕੋਈ ਨਾਮੁਕ ਮੁਖ ਨਹੀਂ ਸੋਚ ਨਹੀਂ ਸਕਦੇ ਵੀ ਕੀ ਹੋ ਸਕਦਾ ਹੁਣ ਪ੍ਰਭਾਬ ਸੁਰੱਖਿਅਤ ਨਹੀਂ ਆ ਮੰਨਦੇ ਆ ਕਿ ਬਾਹਰੋਂ ਸਾਡੇ ਅਸਲਾ ਆ ਰਿਹਾ ਹੈ ਬਾਹਰੋਂ ਸਾਡੇ ਸਾਰਾ ਨੁਕਸਾਨ ਕਰਨਾ ਆ ਪਰ ਇਹਨਾਂ ਕੋਲ ਇੰਤਜ਼ਾਮ ਹੀ ਕੋਈ ਨਹੀਂ ਡੀਜੀਪੀ ਬਦਲਣ ਵਾਸਤੇ ਕੋਈ ਆਹ ਲਾਓ ਕੋਈ ਆਹ ਲਾਓ ਸਾਨੂੰ ਉਸ ਨਾਲ ਤਾਂ ਕੋਈ ਗੱਦ ਨਹੀਂ ਕੋਈ ਲਾ ਦੇਣ ਪਰ ਇਹ ਸਿਰਫ ਫੇਸ ਕਰਕੇ ਬਦਲਦੇ ਆ ਕਿ ਦੂਜਿਆਂ ਨੇ ਇਨਕਾਰ ਕੀਤਾ ਕਿ ਕਾਲੀ ਦਲ ਦੇ ਲੀਡਰਾਂ ਨੂੰ ਅਸੀਂ ਨਹੀਂ ਫੜਦੇ ਇਹ ਜਿਹੜਾ ਹੁਣ ਲਾਇਆ ਮੈਂ ਫੜ ਲੈਣਾ ਮੈਨੂੰ ਲਾ ਦਿਓ ਮਜੀਠੇ ਨੂੰ ਫੜ ਲਿਆ ਸਾਨੂੰ ਫੜ ਲੈਣ ਕੀ ਫਰਕ ਪੈਂਦਾ ਇਹ ਗੱਲਾਂ ਗਲਤ ਨੇ ਇਸ ਲਈ ਇਹ ਬਹੁਤ ਬਦਕਿਸਮਤੀ ਹੈ ਕਿ ਇਹ ਸਰਕਾਰ ਦੇਖੋ ਜਿਹੜੀ ਕੋਈ ਟੀਮ ਭਾਵੇਂ ਖੇਡਣ ਵਾਲੀ ਟੀਮ ਹੋਵੇ ਭਾਵੇਂ ਸਰਕਾਰ ਦੀ ਟੀਮ ਹੋਵੇ ਜੋ ਐਜ ਟੀਮ ਕੰਮ ਨਹੀਂ ਕਰਦੀ ਉਹ ਜਿੱਤ ਨਹੀਂ ਸਕਦੀ ਕੈਬਨਟ ਜਾਂ ਪਾਰਟੀ ਦੀ ਟੀਮ ਹੁੰਦੀ ਹੈ ਤੇ ਜੇ ਆਪੀ ਦੀ ਲੜੀ ਜਾਣਗੇ ਲੋਕਾਂ ਦਾ ਕੀ ਸਵਾਰਨਾ ਹੈ ਇਕੱਠੇ ਮਿਲ ਕੇ ਬਹਿੰਦੇ ਹੀ ਨਹੀਂ ਫੈਸਲਾ ਹੀ ਕੋਈ ਨਹੀਂ ਕਰਦੇ ਇੱਕ ਸਿਰਫ ਸਾਨੂੰ ਨਿੰਦਰ ਨਾਲ ਤਾਂ ਇੰਨਾ ਕੋ ਭਲਾ ਹੋਣਾ ਕਿਤੋਂ ਤੱਕ ਨਵਜੋਤ ਸਿੰਘ ਨੇ ਚੈਲੰਜ ਕੀਤਾ ਵੀ ਮਜੀਠੀਆ ਸਾਹਿਬ ਮੇਰੇ ਨਾਲ ਮੈਦਾਨ ਚ ਉਣ ਜੇਕਰ ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਮੇਰੇ ਨਾਲ ਆ ਕੇ ਨਹੀਂ ਮੈਂ ਤਾਂ ਮਾਫੀ ਮੰਗਦਾ ਜੀ ਇਹ ਜੇ ਇਹਦੇ ਚੈਲੰਜਾਂ 'ਚ ਨਾ ਮੈਂ ਕਦੇ ਪਿਆ ਨਾ ਮੈਨੂੰ ਪੈਣ ਦੀ ਲੋੜ ਹੈ ਤੇ ਉਹ ਜੋ ਮਰਜ਼ੀ ਕਰੇ ਜਿੱਥੇ ਮਰਜ਼ੀ ਖੜਾ ਹੋਵੇ ਮੈਂ ਮੇਰਾ ਇਹ ਦੇ ਨਾ ਕੀ ਤਾਂ ਲੱਗ ਜੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਈ ਪੁਇਦਰਾਂ ਵਾਲੇ ਸ਼ਹੀਦ ਲਾਂਸ ਨਾਇਕ ਜਸਪੀਰ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਖਰੂਰ ਸਾਹਿਬ ਸ਼੍ਰੀ ਰਮਨਜੀਤ ਸਿੰਘ ਸਿੱਕੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕਾ ਵਾਸੀਆਂ ਨੇ ਸ਼ਹੀਦ ਲਾਂਸ ਨਾਇਕ ਜਸਬੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਸੀ ਇਸ ਮੌਕੇ ਤੇ ਬ੍ਰਿਗੇਡੀਅਰ ਪੀ ਸੁਨੀਲ ਕੁਮਾਰ ਖਾਸਾ ਬ੍ਰਿਗੇਡ ਦੀ ਅਗਵਾਈ ਦੇ ਵਿੱਚ ਫੌਜ ਦੇ ਜਵਾਨਾਂ ਦੇ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਜਿਕਰ ਜੋਗ ਹੈ ਕਿ ਸ਼ਹੀਦ ਲਾਂਸ ਨਾਇਕ ਜਸਬੀਰ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅੰਤਨਾਗਿ ਇਲਾਕੇ ਦੇ ਵਿੱਚ ਆਤਵਾਦੀਆਂ ਵਿਰੁੱਧ ਬਹਾਦਰੀ ਦੇ ਨਾਲ ਲੜਦਿਆਂ ਤੇਜ ਦੇ ਲਈ ਆਪਣੀ ਜਾਨ ਕੁਰਬਾਨ ਕਰ ਗਿਆ। ਸ਼ਹੀਦ ਜਸਪੀਰ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਂਪੂਈ ਦਾ ਰਹਿਣ ਵਾਲਾ ਸੀ ਅਤੇ ਆਪਨੇ ਪਿੱਛੇ ਮਾਤਾ-ਪਿਤਾ ਇੱਕ ਭਰਾ ਅਤੇ ਇੱਕ ਭੈਣ ਛੱਡ ਗਏ। ਇਸ ਮੌਕੇ ਤੇ ਬਹਾਦਰ ਸਿਪਾਹੀ ਦੇ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਦੇ ਲਈ ਆਪਣੀ ਜਾਨ ਦਾ ਤੇ ਲਾਉਂਦਿਆਂ ਸ਼ਹੀਦ ਦੇ ਵੱਲੋਂ ਦਿਖਾਈ ਗਈ ਸਮਰਪਿਤ ਭਾਵਨਾ ਉਹਨਾਂ ਦੇ ਸਾਥੀਆਂ ਨੂੰ ਹੋਰ ਵੀ ਤਨਦੇਹੀ ਅਤੇ ਵਚਨਬੱਧਤਾ ਦੇ ਨਾਲ ਆਪਣੀ ਡਿਊਟੀ ਨਿਭਾਉਣ ਦੇ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸਗਰੇਸ਼ੀਆ ਗ੍ਰਾਂਟ ਅਤੇ ਇੱਕ ਮੈਂਬਰ ਨੂੰ ਵਿਦਿਅਕ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਬਹੁਤ ਦੁਖਾਲੀ ਘਟਿਆ ਜੀ। ਕੋਸ਼ਿਸ਼ ਹਰ ਮਾਪੇ ਦੀ ਹੁੰਦੀ ਹੈ ਕਿ ਬੱਚੇ ਨੂੰ ਪੜਾ ਲਿਖਾ ਕੇ ਉਸ ਨੂੰ ਕਮਾਈ ਯੋਗ ਕੀਤਾ ਜਾਵੇ ਔਰ ਇਹ ਬੜਾ ਹੌਣਹਾਰ ਆਪਣੇ ਪੂਰੇ ਪਰਿਵਾਰ ਨੂੰ ਇੱਕ ਬਹੁਤ ਅੱਗੇ ਵਧੀਆ ਸੇਹ ਦੇਣ ਵਾਲਾ ਇਹ ਬੱਚਾ ਸੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਿਆ ਪਰ ਜਿਹੜਾ ਕਾਰਨ ਹੈ ਕਿ ਇਸ ਕਾਰਨ ਦਾ ਸਾਨੂੰ ਸਾਰੇ ਮੁਲਕ ਨੂੰ ਹੀ ਇਹ ਫਕਰ ਵੀ ਹੋਣਾ ਚਾਹੀਦਾ ਹੈ ਔਰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਅਸੀਂ ਅੱਜ ਜੇ ਚੈਨ ਦੀ ਨੀਂਦ ਸੌਂਨੇ ਆ ਤੇ ਇਹ ਇਹੋ ਜਿਹਾ ਸ਼ਹੀਦਾਂ ਕਰਕੇ ਉਹ ਦੇਖ ਦੀਤਰ ਇਸੋਗਾ ਅਮਾਨੋਗਾ ਹਾਂ ਉਹਦਾ ਜਿਹੜਾ ਹੱਕ ਆ ਮਤਲਬ ਉਹ ਸਾਨੂੰ ਮਤਲਬ ਜਿਹੜਾ ਵਾ ਮਤਲਬ ਇਨਸਾਨ ਚਾਹੀਦਾ ਵਾ ਹੋਰ ਅਸੀਂ ਮਤਲਬ ਇਹ ਮਲਕ ਹੋਣੀ ਚਾਹੁੰਦੇ ਗਾਂ ਕੋਈ ਮਤਲਬ ਮੈਂ ਦੇ ਉਹ ਅਰਦਾਸ ਕਰਦਾ ਵੀ ਮਾਂ ਦਾ ਪੁੱਤ ਮਾਂ ਦੇ ਮਾਂ ਪਿਓ ਦੇ ਹੁੰਦਿਆਂ ਕੋਈ ਸ਼ਹੀਦ ਨਾ ਵੇ ਇਨਾ ਦੁੱਖਿਆ ਸਾਰੀ ਉਮਰ ਦਾ ਚੋਰਾ ਲੱਗਿਆ ਆਖਰੀ ਵਾਰ ਤਾਂ ਢਿੱਕੇ ਤੋਂ ਵੀ ਜੀ ਨਾਲ ਗੱਲ ਹੋਈ ਆਖਰੀ ਪਰਸੋਂ ਮਤਲਬ ਵੀ ਉਹਨੇ ਮਤਲਬ ਵੀ ਗੱਲ ਹੋਈ ਮੇਰੀ ਪਰਸੋਂ ਸ਼ਾਮੀ ਦੇ ਦੁਪਹਿਰੇ ਜੀ ਆ ਮੈਨੂੰ ਹਾਰ ਦਾ ਟੈਗ ਸੀ ਉਹ ਅਮਰ ਵਿਦ ਡੇਰੀ ਦਵਾਈ ਧਿਆਨ ਨਾਲ ਖਾਈ ਜਾ ਜੇ ਕਿਸੇ ਗੱਲ ਦੀ ਲੋੜ ਹੋਵੇ ਤੇ ਮੈਂ ਹਿੰਦ ਅਸੀਂ ਹਾਂ ਉਹ ਉਹ ਦਿਨਾਂ ਵਾਲ ਹੀ ਤੁਰੇ ਫਿਰਦੇ ਹਾਂ ਹੈ ਕਿੰਨੀ ਉਮਰ ਦੀ 26 ਸਾਲ ਦੀ ਉਮਰ ਹੈ ਜੀ ਨਹੀਂ ਆਮ ਨਮਹਿਦਿਆ ਜੀ ਵਿਆਹ ਹੋਣਾ ਸੀ ਉਹਨਾਂ ਨੇ ਸਾਥ ਕਰਨਾ ਸੀ ਕਾਂ ਜੀ ਅੱਛਾ ਹਾਂ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਦੇ ਨਾਲ ਲਗਭਗ 9 ਘੰਟਾ ਬੰਦ ਕਮਰਾ ਮੀਟਿੰਗ ਕਰਕੇ ਮੌਜੂਦਾ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ ਹੈ ਦੁੱਲੋ ਅਤੇ ਸਿੱਧੂ ਦੇ ਵਿਚਾਰ ਹੋਈ ਗੁਪਤ ਮੀਟਿੰਗ ਇਸ ਕਰਕੇ ਹੀ ਅਹਿਮ ਮੰਨੀ ਜਾਂਦੀ ਹੈ ਕਿ ਇਹ ਦੋਵੇਂ ਆਗੂ ਲੋਕ ਖੇਤ ਦੇ ਮਸਲਿਆਂ ਦੇ ਸਮੇਂ-ਸਮੇਂ ਤੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਨੇ ਹੁਣ ਜਦੋਂ ਕਾਂਗਰਸ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਮੁੱਖ ਮੰਤਰੀ ਦਾ ਚਿਹਰਾ ਲਾਨਣ ਦੀ ਬਜਾਏ ਸਾਰੇ ਆਗੂਆਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਸੰਕੇਤ ਦਿੱਤਾ ਹੈ ਤਾਂ ਸਿੱਧੂ ਅਲੱਗ-ਥਲੱਗ ਪੈ ਗਏ ਨੇ ਸੂਤਰ ਦੱਸਦੇ ਨੇ ਕਿ ਸਿੱਧੂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਅੰਮ੍ਰਿਤਸਰ ਸਾਹਿਬ ਜਾਣਦੇ ਹੋਏ ਅਚਾਨਕ ਦੁੱਲੂ ਦੇ ਖੰਨਾ ਸਦੇਹਤਕਾਰ ਪੁੱਜੇ ਹਾਲਾਂਕਿ ਕਾਂਗਰਸ ਦੇ ਦੋਵੇਂ ਦਿਗਜ ਆਗੂਆਂ ਵਿਚਕਾਰ ਹੋਈ ਮੁਲਾਕਾਤ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ ਪਰ ਸੂਤਰ ਦੱਸਦੇ ਨੇ ਕਿ ਦੋਵੇਂ ਆਗੂਆਂ ਨੇ ਕਾਂਗਰਸ ਪਾਰਟੀ ਅਤੇ ਸੂ ਦਸਿਆਸੀ ਹਾਲਾਤਾਂ ਤੇ ਖੁੱਲਕੇ ਚਰਚਾ ਕੀਤੀ ਹੈ ਸੂਤਰ ਇਹ ਵੀ ਦੱਸਦੇ ਨੇ ਕਿ ਸਿੱਧੂ ਨੇ ਦੁੱਲੋ ਤੋਂ ਸਹਿਯੋਗ ਮੰਗਿਆ ਹੈ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਲੋਕ ਮਸਲਿਆਂ ਵਾਅਦਿਆਂ ਅਤੇ ਦਾਅਵਿਆਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਦੇ ਆ ਰਹੇ ਨੇ ਪਹਿਲਾਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਲਾਫਤੇ ਹੁਣ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਦੇ ਵੱਲੋਂ ਤੜਾ ਤੜ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਤੇ ਐਲਾਨਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਿੱਧੂ ਲਗਾਤਾਰ ਮਾਫੀਆ ਰਾਜ ਖਿਲਾਫ ਆਵਾਜ਼ ਚੁਕਰੇ ਨੇ ਅਤੀਸ਼ਮ ਸ਼ੇਰ ਸਿੰਘ ਦੁੱਲੋ ਵੀ ਲਗਾਤਾਰ ਕਾਂਗਰਸ ਦੇ ਵਿੱਚ ਮਾਫੀਆ ਕਿਸਮ ਦੇ ਲੋਕਾਂ ਦੀ ਗੁਸਪੈਠ ਹੋਣ ਸ਼ਰਾਬ ਮਾਫੀਆ ਸਕਾਲਰਸ਼ਿਪ ਘੁਟਾਲਾ ਨਜਾਇਜ਼ ਸ਼ਰਾਬ ਫੈਕਟਰੀਆਂ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ けਰ ਦੇ ਆ ਰਹੇ ਨੇ ਕਾਂਗਰਸ ਦੇ ਵਿੱਚ ਦੁੱਲੋ ਨੂੰ ਬੇਬਾਕ ਤੇ ਮੂੰਹ ਤੇ ਗੱਲ ਕਹਿਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਹੈ ਆਪ ਇਹ ਕੰਮ ਜ਼ਰੂਰ ਕਹਾਗਾ ਕਾਂਗਰਸ ਪਾਰਟੀ ਜਿਹੜੀ ਹੈ ਸੈਕੂਲਰ ਪਾਰਟੀ ਹੈ ਪਰ ਉਹਨਾਂ ਥਾਰੀਨ ਪਾਰਟੀ ਨੇ ਹਾਰਪਾਲ ਤੋਂ ਉਧਰ ਤੱਕ ਗਿਆ ਕੋਈ ਸੰਵਧਾਨ ਨਹੀਂ ਰਿਹਾ ਕੋਈ ਕਲਚਰ ਨਹੀਂ ਰਿਹਾ ਕੋਈ ਨੀਤੀਆਂ ਨਹੀਂ ਰਹੀਆਂ ਪਰ ਆਖਮਾ ਉਹਨਾਂ ਨੂੰ ਵੀ ਸਮਾਪਤ ਦੱਬਈ ਕਿ ਉਹ ਆਪਣੇ ਪੁਰਖਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਣ ਪੁਰਖ ਜੋ ਕਰਗੇ ਮਾਤ ਰੱਖਣ ਪੁਰਖ ਜੋ ਕਰਗੇ ਮਹਾਤਮਾ ਗਾਂਧੀ ਇੰਦਰੂਲੀ ਇੰਦਰਾਲੀ ਇਹਨਾਂ ਕਾਰਨ ਸਿਰ ਤੋਂ ਵੀ ਬੜੇ ਬੜੇ ਲੀਡਰ ਸਨ जिन्होंने संघर्ष किया जथेदार चौहरा वर्गे तलविडी वर्गे लौंगवाल वर्ग लालपुरा वर्गे बहुत बड़े बड़े लीडर रहे हैं संत फतेह सिंह जी लीडर रहे बीजेपी से वाजपाई साहब कह दें आपका कम्यूलर पार्टी है वाजपाई बड़ा सैकुलर आदमी बीजेपी से भी बहुत सैकुलर कम्युनिस्ट लीडर बड़े अच्छे रहे हैं ਪਰ ਉਹ ਪ੍ਰੋਫੈਸ਼ਨ ਬਾਂਸਸ ਪੜਨਾ ਜਾਣਦਾ ਅਫਸੋਸ ਹੈ ਇਹਨਾਂ ਨੂੰ ਸਮਾਪਤ ਹੋਵੇ ਦੇਸ਼ ਦੇ ਵਿੱਚ ਅੱਜ ਵੀ ਘੱਟ ਗਿਣਤੀ ਲੋਕਾਂ ਤੇ ਤਸ਼ੱਦਦ ਜਾਰੀ ਹੈ ਅਤੇ ਲਗਾਤਾਰ ਹੀ ਪੰਜਾਬ ਦੇ ਵਿੱਚ ਘੱਟ ਗਿਣਤੀ ਸਿੱਖਾਂ ਨੂੰ ਕੇਂਦਰ ਸਰਕਾਰ ਆਪਣਾ ਨਿਸ਼ਾਨਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਪਟਿਆਲੇ ਦੇ ਵਿੱਚ ਬੀਬੀ ਜਸਬੀਰ ਕੌਰ ਜਿਸ ਨੇ ਕੀ ਖਾਲਿਸਤਾਨ ਦੇ ਹੱਕ ਦੇ ਵਿੱਚ ਪੁਸਤਕ ਲਿਖੀ ਹੈ ਉਸ ਦੇ ਯੂਏ ਪੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਜਿਸ ਦੇ ਚਾਲਦਿਆਂ ਅੰਮ੍ਰਿਤਸਰ ਪੰਡਾਰੀ ਪੁਲ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਹੋਏ ਬੀਬੀ ਜਸਬੀਰ ਕੌਰ ਦੇ ਉੱਤੇ ਮਾਮਲਾ ਦਰਜ ਨੂੰ ਲੈ ਕੇ ਹੁਣ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਬੀਬੀ ਜਸਬੀਰ ਕੌਰ ਦੀ ਆਵਾਜ਼ ਬੁਲੰਦਦ ਕਰਨ ਦੇ ਲਈ ਅੰਮ੍ਰਿਤਸਰ ਪੰਡਾਰੀ ਪੁਲ ਤੇ ਦਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੌਰਾਨ ਪੰਜਾਬ ਦੇ ਵਿੱਚ ਹੋਏ ਸਿੱਖ ਕਤਲੇਆਮ ਦੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਿਕ ਮੈਂਬਰ ਵੀ ਬੀਬੀ ਜਸਪੀਤ ਕੌਰ ਦੀ ਆਵਾਜ਼ ਨੂੰ ਉਭਲੰਦ ਕਰਨ ਲਈ ਪੰਡਾਰੀ ਭੁਲਤੇ ਪਹੁੰਚੇ ਇਸ ਮੌਕੇ ਤੇ ਖਾਲੜਾ ਮਿਸ਼ਨ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਕਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ ਦਿਨੀ ਖਾਲਿਸਤਾਨ ਦੇ ਹੱਕ ਤੇ ਵਿੱਚ ਪੁਸਤਕ ਲਿਖਣ ਵਾਲੀ ਬੀਬੀ ਜਸਪੀਤ ਕੌਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਇਸ ਦੇ ਲਈ ਅਸੀਂ ਬੀਬੀ ਜਸਪੀਤ ਕੌਰ ਦੀ ਆਵਾਜ਼ ਉਭਲੰਦ ਕਰਨਾ ਆਏ ਹਾਂ ਉਹਨਾਂ ਨੇ ਕਿਹਾ ਕਿ ਬੀਬੀ ਜਸਪੀਤ ਕੌਰ ਤੇ ਹੋਰ ਨਾ ਸਿੱਖ ਨੌਜਵਾਨਾਂ ਦੇ ਉੱਤੇ ਝੂਠੇ ਮਾਮਲੇ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਇਹ ਲੋਕਤੰਤਰੀ ਦੇਸ਼ ਹੈ ਅਤੇ ਇਸ ਲੋਕਤੰਤਰ ਦੇਸ਼ ਦੇ ਵਿੱਚ ਹਰ ਇੱਕ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਹੈ ਦੇਖੋ ਇਹ ਪਿਛਲੇ ਦਿਨੀ ਇਸ ਜ਼ੁਲਮੀ ਸਰਕਾਰ ਦੀਆਂ ਏਜੰਸੀਆਂ ਨੇ ਐਨਆਈਏ ਤੇ ਪੰਜਾਬ ਪੁਲਿਸ ਨੇ ਮਿਲ ਕੇ ਜਿਹੜਾ ਉਹ ਬੀਬੀ ਜਸਬੀਰ ਕੌਰ ਨੇ ਇੱਕ ਪਟਿਆਲੇ ਤੋਂ ਉਹਨਾਂ ਦਾ ਲੜਕਾ ਤੇ ਇੱਕ ਹੋਰ ਰਿਸ਼ਤੇਦਾਰ ਤਿੰਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਫੜਿਆ ਗਿਆ ਔਰ ਉਹਨਾਂ ਤੇ ਇਲਜ਼ਾਮ ਇਹ ਲਾਇਆ ਗਿਆ ਕਿ ਉਹਨਾਂ ਦੇ ਕੋਲੋਂ ਕੋਈ ਧਾਰਮਿਕ ਸਮਗਰੀ ਫੜੀ ਗਈ ਹੈ ਖਾਸ ਕਰਕੇ ਕੋਈ ਖਾਲਿਸਤਾਨ ਜਾਂ ਰੈਫਰੈਂਡਮ 2020 ਰੈਫਰੈਂਡਮ ਦੇ ਸੰਬੰਧ ਦੇ ਵਿੱਚ ਕੋਈ ਸਮਗਰੀ ਫੜੀ ਗਈ ਹੈ ਇੱਕ ਪਾਸੇ ਤਾਂ ਆਪਾਂ ਜਿਹੜਾ ਹੈ ਇੱਕ ਵੀ ਸਦੀ ਚ ਜੀ ਰਹੇ ਹਾਂ ਇੱਕ ਪਾਸੇ ਆਪਾਂ ਡਿੰਗਾ ਮਾਰ ਰਹੇ ਹਾਂ ਕਿ ਸਾਡਾ ਲੋਕਤੰਤਰ ਬੜਾ ਵੱਡਾ ਹੈ ਤੇ ਇੱਕ ਪਾਸੇ ਲੋਕਾਂ ਨੂੰ ਆਪਣੀ ਗੱਲ ਕਰਨ ਦਾ ਹੱਕ ਹੀ ਨਹੀਂ ਆ ਇਹ ਜਿਹੜੇ ਯੂਪੀਏ ਵਰਗੇ ਕਾਲੇ ਕਾਨੂੰਨ ਜਿਹੜੇ ਬਣੇ ਨੇ ਜਿਹਦੇ ਤਹਿਤ ਬੀਬੀ ਜਸਬੀਰ ਕੌਰ ਤੇ ਉਹਨਾਂ ਦੇ ਪਰਿਵਾਰ ਨੂੰ ਫੜਿਆ ਗਿਆ ਹੈ ਇਹ ਕਾਨੂੰਨ ਅਸੀਂ ਚਾਹੁੰਦੇ ਹਾਂ ਕਿ ਰੱਦ ਹੋਣ ਤੇ ਬੀਬੀ ਜਸਬੀਰ ਕੌਰ ਜੀ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਹੋਵੇ ਕਿਉਂਕਿ ਕੋਈ ਵੀ ਸਟੇਟ ਦੀ ਵੱਖਰੀ ਗੱਲ ਕਰਨੀ ਉਹ ਹਰੇਕ ਬੰਦੇ ਦਾ ਹੱਕ ਹੈ ਰਾਈਟ ਹੈ ਜਿਹੜਾ ਕਿ ਉਹਨੂੰ ਸੰਵਿਧਾਨ ਦਿੰਦਾ ਫਰੀडम ਆਫ ਐਕਸਪ੍ਰੈਸ਼ਨ ਹੈ ਜਿੰਨਾ ਚਿਰ ਤੱਕ ਕੋਈ ਹਥਿਆਰ ਬੰਦ ਹੋ ਕੇ ਕੋਈ ਕ੍ਰਾਈਮ ਨਹੀਂ ਕਰਦਾ ਕੋਈ ਕੁਛ ਨਹੀਂ ਕਰਦਾ ਉਨਾ ਚਿਰ ਤੱਕ ਜਦੋਂ ਕੋਈ ਗੈਰਕਾਨੂੰਨੀ ਕੰਮ ਨਹੀਂ ਕਰ ਰਿਹਾ ਸ਼ਾਂਤਮਈ ਉਹਨੂੰ ਕੁਛ ਵੀ ਭਾਵੇਂ ਉਹ ਖਾਲਸਾ ਰਾਜ ਮੰਗੇ ਭਾਵੇਂ ਦਾਗਾ ਲੈਂਡ ਮੰਗੇ ਭਾਵੇਂ ਗੋਰਖਾ ਲੈਂਡ ਮੰਗੇ ਹਰ ਕਿਸੇ ਨੂੰ ਮੰਗਣ ਦਾ ਜਿਹੜਾ ਉਹ ਪੂਰਾ ਹੱਕ ਹੈ ਤੇ ਮੇਰੀਆਂ ਅੰਤਰਰਾਸ਼ਟਰੀ ਜਿਹੜੀਆਂ ਹੈਗੀਆਂ ਨੇ ਜਥੇਬੰਦੀਆਂ ਜਿ ਤਰ੍ਹਾਂ ਸੰਯੁਕਤ ਰਾਸ਼ਟਰ ਉਹਨਾਂ ਨੂੰ ਵੀ ਇਹੋ ਅਪੀਲ ਆ ਕਿ ਇਹਨਾਂ ਦੇ ਉੱਪਰ ਜਿਹੜਾ ਸਪੈਸ਼ਲ ਕੋਰਟਸ ਬਣਾ ਕੇ ਟ੍ਰਿਬਿਊਨਲ ਬਣਾ ਕੇ ਇਨਾਂ ਦੇ ਉੱਤੇ ਫੈਸਲੇ ਕੀਤੇ ਜਾਣ ਤੇ ਜਿਹੜੀਆਂ-ਜਿਹੜੀਆਂ ਵੀ ਡਿਸਪਿਊਟਡ ਟੈਰਿਟਰੀ ਹੈਗੀਆਂ ਖਾਸ ਕਰਕੇ ਜਿਸ ਤਰ੍ਹਾਂ ਇੱਥੇ ਖਾਲਿਸਤਾਨ ਦਾ ਇਸ਼ੂ ਆ ਇਹ ਮਸਲੇ ਨੂੰ ਸਮਝਾਇਆ ਜਾਵੇ ਜੰਮੂ ਕਸ਼ਮੀਰ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਮੱਚੀ ਭਗਦਰ ਦੇ ਵਿੱਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 26 ਹੋਰ ਜ਼ਖਮੀ ਹੋ ਗਏ ਨੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪਾਜੜ ਤ੍ਰਿਕੁਟਾ ਪਹਾੜੀਆਂ ਤੇ ਸਥਿਤ ਮੰਦਿਰ ਦੇ ਪਵਨ ਸਥਾਨ ਤੇ ਬਾਹਰ ਹੋਈ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਪਾਜੜ ਮਚ ਗਈ ਬੋਰਡ ਦੇ ਸੀਨੀਅਰ ਅਧਿਕਾਰੀਆਂ ਅਤੇ ਨੁਮਾਇੰਦੇ ਮੌਕੇ ਤੇ ਮੌਜੂਦ ਨੇ ਸੂਬਾ ਅਧਿਕਾਰੀਆਂ ਨੇ ਦੱਸਿਆ ਕਿ 12 ਲੋਕ ਅਮ੍ਰਿਤਕ ਪਾਏ ਗਏ ਨਹੀਂ ਅਤੇ ਲਾਸ਼ਾਂ ਨੂੰ ਪਛਾਣ ਅਤੇ ਹੋਰ ਕਾਨੂੰਨੀ ਕਾਰਵਾਈ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਕਟੋਂ ਕਟ 26 ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਨਰਾਇਣ ਸੁਪਰ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਹੋਰਾਂ ਹਸਪਤਾਲਾਂ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਅਤੇ ਕਈ ਜ਼ਖਮੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ న్యూਸ ਏਜੰਸੀ ਏਐਨਆਈ ਮੁਤਾਬਕ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਜ ਸਿੰਘ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਪਵਨ ਦੇ ਵਿੱਚ ਮਜੀ ਭਗਦਰ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 26 ਲੋਕ ਜ਼ਖਮੀ ਹੋ ਗਏ ਨੇ ਇਹ ਘਟਨਾ ਗਰੀਬ 2:45 ਮਿੰਟ ਤੇ ਹੋਈ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਕੁਝ ਲੋਕਾਂ ਦੇ ਵਿੱਚ ਟਕਰਾਰ ਹੋ ਗਏ ਜਿਸ ਤੋਂ ਬਾਅਦ ਹੰਗਾਮਾ ਮਾ ਸ਼ੁਰੂ ਹੋ ਗਿਆ ਤੇ ਪਗਦੜ ਦੇ ਵਿੱਚ ਬਦਲ ਗਿਆ ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਅਜਮੇਰ ਸਿੰਘ ਲਖਵਾਲ ਦੀ ਪ੍ਰਧਾਨਗੀ ਦੇ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਯੂਨੀਅਨ ਦੇ ਅਹੁਦੇਦਾਰ ਕਾਰਜਕਾਰਨੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ ਲਖਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਵਿਚਾਰਧਾਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਕੌਮੀ ਹਾਈ ਕਮਾਂਡ ਰਕੇਸ਼ ਟਕੈਤ ਦੇ ਪੰਜਾਬ ਦੇ ਅਹੁਦੇਦਾਰਾਂ ਦੀ ਸਲਾਹ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਲਖਵਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਇਹ ਸਾਂ ਨਹੀਂ ਬਣੇਗੀ ਸੋ ਗੁਨਿਰ ਪਾਖ ਰਹਿੰਦਿਆਂ ਕਿਸਾਨੀ ਅੰਦੋਲਨ ਦੌਰਾਨ ਮਿੱਥੇ ਨਿਸ਼ਾਨਿਆਂ ਤੇ ਮੰਗਾਂ ਦੀ ਪੂਰਤੀ ਦੇ ਲਈ ਜਦੋਜਹਾਦ ਕਰੇਗੀ ਕਿਉਂਕਿ ਮੋਦੀ ਸਰਕਾਰ ਨੇ ਅਜੇ ਸਿਰਫ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਐਮਐਸਪੀ ਤੇ ਕਮੇਟੀ ਬਣਾਉਣੀ ਬਾਕੀ ਹੈ ਅਤੇ ਮੋਰਚੇ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਨੂੰ ਸ਼ਹੀਦ ਮੰਨਣ ਪਰਿਵਾਰਾਂ ਨੂੰ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦਿਵਾਉਣੀ ਪਰਚੇ ਰੱਦ ਕਰਾਉਣੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਬਾਕੀ ਹੈ 1000 ਰੁਪਏ ਤੋਂ ਘੱਟ ਦੇ ਕੱਪੜਿਆਂ ਤੇ ਫਿਲਹਾਲ ਮਹਿੰਗਾਈ ਦੀ ਮਾਰ ਨਹੀਂ ਪਏਗੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀ ਅਗਵਾਈ ਦੇ ਵਿੱਚ ਹੋਣ ਵਾਲੀ ਜੀਐਸਟੀ ਕੌਂਸਲ ਦੀ 46ਵੀਂ ਬੈਠਕ ਦੇ ਵਿੱਚ ਕੱਪੜਿਆਂ ਦੀ ਜੀਐਸਟੀ ਦਰਾਂ ਦੇ ਵਿੱਚ ਵਾਅਦੇ ਦੇ ਫੈਸਲੇ ਨੂੰ ਮੁਲਤਵੀ ਰੱਖਿਆ ਗਿਆ ਪਰ ਫੁੱਟਵੈਅਰ ਦੀਆਂ ਜੀਐਸਟੀ ਦਰਾਂ ਦੇ ਵਿੱਚ ਕੀਤਾ ਗਿਆ ਵਾਅਦਾ ਛੇ ਜਰਵਾਰ ਤੋਂ ਲਾਗੂ ਹੋ ਰਿਹਾ ਹੈ ਪਿਛਲੇ ਸਾਲ ਸਤੰਬਰ ਦੇ ਵਿੱਚ ਜੀਐਸਟੀ ਕੌਂਸਲ ਨੇ 45ਵੀਂ ਬੈਠਕ ਦੇ ਵਿੱਚ 1000 ਰੁਪਏ ਤੋਂ ਘੱਟ ਕੀਮਤ ਵਾਲੇ ਸਾਰੇ ਤਰ੍ਹਾਂ ਦੇ ਗਾਰਮੈਂਟਸ ਦੇ ਫੈਬਰਿਕ ਤੇ ਫੁੱਟਵੈਅਰ ਤੇ 5 ਫੀਸਦੀ ਦੀ ਥਾਂ 12 ਫੀਸਦੀ ਦੀ ਦਰ ਦੇ ਨਾਲ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਸੀ ਜਿਹੜਾ 1 ਜਨਵਰੀ ਤੋਂ ਲਾਗੂ ਹੋਣਾ ਸੀ ਫੁੱਟਵੇਅਰ ਤੇ ਵਧਾਈਆਂ ਗਈਆਂ ਦਰਾਂ ਨੂੰ ਵਾਪਸ ਨਾ ਲੈ ਜਾਣ ਦੇ ਨਾਲ ਨਵੇਂ ਸਾਲ ਤੋਂ 1000 ਰੁਪਏ ਤੋਂ ਘੱਟ ਕੀਮਤ ਤੇ ਫੁੱਟਵੇਅਰ 7% ਦੀ ਤੱਕ ਮਹਿੰਗੇ ਹੋ ਜਾਣਗੇ ਇਸ ਸਮੇਂ 1000 ਰੁਪਏ ਤੋਂ ਜ਼ਿਆਦਾ ਕੀਮਤ ਤੇ ਗਾਰਮੈਂਟਸ ਤੇ 12% ਤੇ ਫੁੱਟਵੇਅਰ ਤੇ 18% ਦੀ GST ਲੱਗਦਾ ਹੈ ਸਿ타ਰਮਨ ਦੇ ਮੁਤਾਬਕ GST ਦਰਾਂ ਨੂੰ ਤਰਕਸੰਗਤ ਬਣਾਉਣ ਦੇ ਲਈ ਗਠਿਤ ਕਮੇਟੀ ਹੁਣ ਟੈਕਸਟਾਈਲ ਸੰਬੰਧੀ ਦਰਾਂ ਦੀ ਵੀ ਸਮੀਖਿਆ ਕਰੇਗੀ ਕਮੇਟੀ ਫਰਵਰੀ ਤੱਕ ਆਪਣੀ ਰਿਪੋਰਟ ਕੌਂਸਲ ਨੂੰ ਸੌਂਪ ਦੇਗੀ ਤੇ ਫਿਰ ਮਾਰਚ ਦੇ ਵਿੱਚ ਜੀਐਸਟੀ ਕੌਂਸਲ ਦੀ ਬੈਠਕ ਦੇ ਵਿੱਚ ਇਸ ਤੇ ਫੈਸਲਾ ਕੀਤਾ ਜਾਏਗਾ ਇਸੇ ਸੰਬੰਧ ਦੇ ਵਿੱਚ ਕੌਂਸਲ ਦੇ ਸਾਰੇ ਮੈਂਬਰਾਂ ਦੇ ਵਿੱਚ ਸਹਿਮਤੀ ਬਣ ਗਈ ਹੈ ਪੁਲਿਸ ਨੇ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਲੋਵਾ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਸ ਦਾ ਇਰਾਦਾ ਰਾਸ਼ਟਰਪਤੀ ਜੋ ਬਾਈਡਨ ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਂਥਨੀ ਫੌਂਜੀ ਦੀ ਹੱਤਿਆ ਕਰਨਾ ਸੀ ਪੁਲਿਸ ਦੇ ਅਨੁਸਾਰ 25 ਸਾਲਾ ਨੌਜਵਾਨ ਕਵਾਚਵਾ ਬ੍ਰੀਲੀਅਨ ਸਿਆੰਗ ਦੇ ਕਬਜ਼ੇ ਦੇ ਵਿੱਚੋਂ ਇੱਕ ਅਸॉल्ट ਰਾਈਫਲ ਤੇ ਹੋਰ ਗੋਲੀ ਸਿਕਾ ਬਰਾਮਦ ਹੋਇਆ ਹੈ ਉਸ ਦੇ ਕੋਲੋਂ ਇੱਕ ਹਿਟਲਿਸਟ ਵੀ ਬਰਾਮਦ ਹੋਈ ਹੈ ਜਿਸ ਦੇ ਵਿੱਚ ਜੋਬ ਆਈਡਨ ਤੇ ਡਾਕਟਰ ਫੌਂਜੀ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਬਰਾਕ ਓਬਾਮਾ ਦੇ ਨਾਮ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਪੁਲਿਸ ਨੂਸਾਰੇ ਸਿਆੰਗ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਵਾਈਟ ਹਾਊਸ ਵੱਲ ਜਾ ਰਿਹਾ ਸੀ ਉਹ ਬਹੁਤ ਤੇਜ਼ੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਉਸ ਦਾ ਵਿਵਹਾਰ ਆਮ ਨਹੀਂ ਲੱਗ ਰਿਹਾ ਸੀ ਸ਼ੱਕ ਪੈਣ ਤੇ ਪੁਲਿਸ ਨੇ ਉਸ ਨੂੰ ਰੋਕ ਲਿਆ ਉਸ ਨੂੰ ਹੋਰ ਪੁੱਛਗਿੱਛ ਲਈ ਕਾਂਸ ਕਾਉਂਟੀ ਪੁਲਿਸ ਮੁਖ ਦੇ ਦਫ਼ਤਰ ਦੇ ਵਿੱਚ ਲੈ ਜਾਇਆ ਗਿਆ ਪੁਲਿਸ ਦੇ ਅਨੁਸਾਰ ਸਿਆੰਗ ਨੇ ਮੰਨਿਆ ਕਿ ਉਹ ਸੱਤਾਧਾਰੀ ਆਗੂਆਂ ਨੂੰ ਮਾਰਨ ਦੇ ਇਰਾਦੇ ਦੇ ਨਾਲ 18 ਦਸੰਬਰ ਤੋਂ ਘਰੋਂ ਨਿਕਲਿਆ ਸੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਰੂਸੀ ਹਮਰਤਬਾ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਦੇ ਖਿਲਾਫ ਰੂਸ ਕੋਈ ਹੋਰ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਉਸਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ ਇਸ ਤੇ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਮਰੀਕਾ ਦਾ ਕੋਈ ਵੀ ਅਜਿਹਾ ਕਦਮ ਦੋਹਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਖਰਾਬ ਕਰ ਸਕਦਾ ਹੈ ਯੂਕਰੇਨ ਨੇੜੇ ਰੂਸੀ ਫੌਜ ਦੇ ਵਾਦੇ ਦਖਲ ਤੇ ਦੋਵਾਂ ਆਗੂਆਂ ਨੇ ਕਰੀਬ 1 ਘੰਟਾ ਖੁੱਲ੍ਹ ਕੇ ਗਲਬਾਤ ਕੀਤੀ ਹੈ ਪੁਤਿਨ ਨੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਹੈ ਕਿ ਅਮਰੀਕਾ ਦਾ ਵਾਧੂ پابੰਦੀਆਂ ਲਗਾਉਣਾ ਇੱਕ ਬਹੁਤ ਵੱਡੀ ਗਲਤੀ ਹੋਵੇਗੀ ਜਿਸ ਦੇ ਨਤੀਜੇ ਗੰਭੀਰ ਹੋਣਗੇ ਉਹਨਾਂ ਨੇ ਬਾਈਡਨ ਤੇ ਪੁਤਿਨ ਵਿਚਾਲੇ ਫੋਨ ਤੇ ਹੋਈ ਗੱਲਬਾਤ ਬਾਰੇ ਮਾਸਕੋਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਪੁਤਿਨ ਨੇ ਬਾਈਡਨ ਨੂੰ ਕਿਹਾ ਹੈ ਕਿ ਜੇਕਰ ਅਮਰੀਕਾ ਦੀਆਂ ਸਰਹੱਦਾਂ ਨੇੜੇ ਹਮਲਾਵਰ ਹਥਿਆਰ ਤਾਇਨਾਤ ਕਰਦੇ ਗਏ ਤਾਂ ਰੂਸ ਵੀ ਅਮਰੀਕਾ ਵਾਂਗ ਹੀ ਕਾਰਵਾਈ ਕਰੇਗਾ ਅਮਰੀਕਾ ਦੇ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਵਾਇਰਸ ਕਹਿਰਬਾਨ ਕੇ ਟੁੱਟਣ ਲੱਗਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਅਮਰੀਕਾ ਦੇ ਵਿੱਚ 5 ਲੱਖ 12 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ 2020 ਦੇ ਵਿੱਚ ਮਹਾਮਾਰੀ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਹੁਣ ਤੱਕ ਇਹ ਇੱਕ ਦਿਨ ਵਿੱਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ ਦੱਸੇ ਜਾ ਰਹੇ ਨੇ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਹੁਣ ਤੱਕ ਕਰੋਨਾ ਦੇ ਨਾਲ 5.4 ਕਰੋੜ ਲੋਕ ਕਰੋਨਾ ਦੇ ਲਪੇਟ ਦੇ ਵਿੱਚ ਆ ਚੁੱਕੇ ਨੇ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੀ ਮਾਰ ਅਮਰੀਕਾ ਨੂੰ ਹੀ ਚਲਣੀ ਪਈ ਹੈ ਕਰੋਨਾ ਕਾਰਨ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਨੇ ਜான் ਹੌਪਕਿੰਸ ਯੂਨੀਵਰਸਿਟੀ ਦੇ ਡਾਟਾ ਦੇ ਮੁਤਾਬਿਕ ਪਿਛਲੇ 24 ਘੰਟੇ ਦੇ ਵਿੱਚ ਕਰੋਨਾ ਦੇ 1762 ਮਰੀਜ਼ਾਂ ਦੀ ਮੌਤ ਹੋਈ ਹੈ ਇਸ ਤਰ੍ਹਾਂ ਕੋਵਿਡ ਦੇ ਕਾਰਨ ਅਮਰੀਕਾ ਦੇ ਵਿੱਚ ਹੁਣ ਤੱਕ 8 42000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸਨ ਅੱਜ ਦੀਆਂ ਖਾਸ ਖਬਰਾਂ ਦੇ ਇਸ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੀਲ US TV ਨੂੰ ਸਬਸਕ੍ਰਾਈਬ ਧੰਨਵਾਦ